ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਅਤੇ ਲਾਈਵ ਕਵਰੇਜ ਲਈ ਸੰਪਰਕ ਕਰੋ। ਲੋਕ ਸਭਾ ਹਲਕਾ ਜਲੰਧਰ ਤੋਂ ਪੀਡੀਏ ਅਤੇ ਬਸਪਾ ਦੇ ਉਮੀਦਵਾਰ ਬਲਵਿੰਦਰ ਕੁਮਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਨੂੰ ਤੇਜ਼ ਕਰਦੇ ਹੋਏ ਗੁਰਾਇਆ ਵਿਖੇ ਚੋਣ ਦਫ਼ਤਰ ਖੋਲ੍ਹਿਆ ਗਿਆ, ਜਿਸ ਦਾ ਉਦਘਾਟਨ ਪੀਡੀਏ ਦੇ ਆਗੂਆਂ ਵੱਲੋਂ ਸਾਂਝੇ ਤੌਰ 'ਤੇ ਰਿਬਨ ਕੱਟ ਕੇ ਕੀਤਾ ਗਿਆ। ਇਸ ਮੌਕੇ ਬੋਲਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਇਸ ਵਾਰ ਪੰਜਾਬ ਦੇ ਸਮੁੱਚੇ ਲੋਕਾਂ ਨੇ ਮਨ ਬਣਾ ਲਿਆ ਹੈ ਕਿ ਪੰਜਾਬ ਦੀਆਂ ਲੋਕ ਸਭਾ ਦੀਆਂ 13 ਸੀਟਾਂ 'ਤੇ ਅਕਾਲੀ, ਭਾਜਪਾ ਅਤੇ ਕਾਂਗਰਸ ਨੂੰ ਹਰਾ ਕੇ ਪੀਡੀਏ ਦੇ ਉਮੀਦਵਾਰਾਂ ਨੂੰ ਜਿਤਾਉਣਗੇ। ਇਸ ਮੌਕੇ ਬੁਲਾਰਿਆਂ ਨੇ ਇਹ ਵੀ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ 72 ਸਾਲਾਂ ਬਾਅਦ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਦੇਸ਼ ਨੂੰ ਗਹਿਣੇ ਕਰਕੇ ਰੱਖ ਦਿੱਤਾ ਹੈ, ਜਿਸ ਕਾਰਨ ਲੋਕ ਮਹਿੰਗਾਈ, ਭ੍ਰਿਸ਼ਟਾਚਾਰੀ, ਭੁੱਖਮਰੀ, ਦੇਸ਼ਕਾਰ ਕੰਗਾਲੀ ਦੇ ਕਾਰਨ ਗੁਲਾਮੀ ਵਾਲਾ ਜੀਵਨ ਬਤੀਤ ਕਰਨ ਲਈ ਮਜਬੂਰ ਹਨ। ਇਸ ਲਈ ਲੋਕ ਤਬਦੀਲੀ ਲੈ ਕੇ ਆਉਣਾ ਚਾਹੁੰਦੇ ਹਨ ਅਤੇ ਲੋਕ 19 ਮਈ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਤਾਂ ਕਿ ਹਾਥੀ ਵਾਲਾ ਬਟਨ ਦਬਾਇਆ ਜਾ ਸਕੇ। ਇਸ ਮੌਕੇ ਭ੍ਰਿਸ਼ਟ ਸਿਸਟਮ ਅਤੇ ਲੋਕ ਵਿਰੋਧੀ ਸਰਕਾਰਾਂ ਵਿਰੁੱਧ ਨਾਅਰੇ ਵੀ ਲਗਾਏ ਗਏ। ਇਸ ਮੌਕੇ ਤੀਰਥ ਰਾਜਪੁਰਾ, ਸਤਪਾਲ ਵਿਰਕ, ਅੰਮ੍ਰਿਤ ਭੌਂਸਲੇ, ਬਲਵਿੰਦਰ ਬਿੱਟੂ, ਰਾਮ ਸਰੂਪ ਸਰੋਏ, ਰਾਮ ਸਰੂਪ ਚੰਬਾ, ਡਾਕਟਰ ਗਿਆਨ, ਅਸ਼ੋਕ ਮਹੇ, ਜਸਵਿੰਦਰ ਸਿੰਘ ਢੇਸੀ, ਪਰਮਜੀਤ ਸਿੰਘ ਰੰਧਾਵਾ, ਕਰਮਜੀਤ ਕੰਮਾ, ਸੁਸ਼ੀਲ ਵਿਰਦੀ, ਹਰਜਿੰਦਰ ਕੁਮਾਰ ਸੂਰਜਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ। ਤੇਰੀ ਸੋਚ ਨੂੰ ਸਲਾਮ, ਤੂੰ ਮਨੁੱਖਤਾ ਦਾ ਰਾਖਾ, ਤੂੰ ਮਨੁੱਖਤਾ ਦਾ ਰਾਖਾ, ਜਿਸ ਲਿਖਿਆ ਏ ਸੰਵਿਧਾਨ, ਬਾਬਾ ਸਾਹਿਬ ਤੇਰੀ ਸੋਚ ਨੂੰ ਸਲਾਮ, ਭੁੱਖੇ ਮਰਨਾ ਜਿਉਂਦੇ ਸੜਨਾ ਸੀ ਮੈਂ ਵਿੱਚ ਹਨੇਰੇ, ਸੀ ਮੈਂ ਵਿੱਚ ਤੂੰ ਚੜਦਾ ਹੋਇਆ ਸੂਰਜ, ਚਾਨਣ ਹੋਇਆ ਚਾਰ ਚੁਫੇਰੇ, ਅਮ ਨੂੰ ਬਾਦ ਨੂੰ ਤੂੰ ਖੂੰਜੇ ਲਾਇਆ, ਹੱਕਾਂ ਦਾ ਹਾਕਮਾਂ ਨੂੰ ਸਬਕ ਪੜਾਇਆ, ਮਨੂ ਬਾਤ ਨੂੰ ਤੂੰ ਖੂੰਜੇ ਲਾਇਆ, ਹੱਕਾਂ ਦਾ ਹਾਕਮਾਂ ਨੂੰ ਸਬਕ ਪੜਾਇਆ, ਨਾਗਰਿਕ ਹਾਂ ਭਾਰਤ ਦੇਸ਼ ਦੇ, ਵੋਟ ਸਾਡੀ ਪਹਿਚਾਣ, ਬਾਬਾ ਸਾਹਿਬ ਤੇਰੀ ਸੋਚ ਨੂੰ ਸਲਾਮ, ਸੋਚ ਨੂੰ ਘਰ ਘਰ ਤੱਕ ਪਹੁੰਚਾਉਣਾ, ਗ੍ਰਾਇਆ ਸ਼ਹਿਰ ਦੇ ਵਿੱਚ ਬਹੁਜਨ ਸਮਾਜ ਪਾਰਟੀ ਦੇ ਪੀਡੀਏ ਦੇ ਸਾਂਝੇ ਉਮੀਦਵਾਰ ਬਲਵਿੰਦਰ ਕੁਮਾਰ ਜੀ ਦਾ ਦਫ਼ਤਰ ਦਾ ਉਦਘਾਟਨ ਕੀਤਾ ਗਿਆ ਅਤੇ ਵੱਖ ਵੱਖ ਪਿੰਡਾਂ ਦੇ ਵਿੱਚੋਂ ਬਹੁਤ ਭਾਰੀ ਤਾਦਾਦ ਦੇ ਵਿੱਚ ਵੋਟਰ ਸਪੋਟਰ ਇੱਥੇ ਆਏ ਅਤੇ
ਬਲਵਿੰਦਰ ਕੁਮਾਰ ਜੀ ਨੂੰ ਜਿਤਾਉਣ ਦੇ ਲਈ ਸਾਰੇ ਲੋਕ ਪੱਬਾਂ ਭਰ ਅੱਜ ਹੋਏ ਪਏ ਨੇ। ਲੋਕ ਸਭਾ ਦੇ ਵਿੱਚ ਬਲਵਿੰਦਰ ਕੁਮਾਰ ਨੂੰ ਜਿਤਾਉਣ ਦੇ ਲਈ ਸਾਰੀਆਂ ਸਾਡੀਆਂ ਜਿਹੜੀਆਂ ਜਥੇਬੰਦੀਆਂ ਜਿਨ੍ਹਾਂ ਨਾਲ ਸਮਝੌਤਾ ਹੋਇਆ ਆਪਣੇ ਆਪਣੇ ਥਾਵਾਂ ਉੱਤੇ ਲੱਗੀਆਂ ਹੋਈਆਂ ਨੇ। ਸਾਨੂੰ ਪੱਕਾ ਅਤੇ ਉਮੀਦ ਭਰੋਸਾ ਹੈ ਕਿ ਬਲਵਿੰਦਰ ਕੁਮਾਰ ਜੀ ਇੱਥੋਂ ਲੋਕ ਸਭਾ ਜਲੰਧਰ ਤੋਂ ਭਾਰੀ ਵੋਟਾਂ ਦੇ ਨਾਲ ਜਿੱਤ ਕੇ ਅਸੀਂ ਭੈਣ ਕੁਮਾਰੀ ਮਾਇਆਵਤੀ ਜੀ ਦੀ ਝੋਲੀ ਵਿੱਚ ਪਾਵਾਂਗੇ ਅਤੇ ਉਹਨਾਂ ਦੇ ਹੱਥ ਮਜ਼ਬੂਤ ਕਰਾਂਗੇ ਅਤੇ ਭੈਣ ਕੁਮਾਰੀ ਮਾਇਆਵਤੀ ਜੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਵਾਂਗੇ। ਦੇਸ਼ ਦੇ ਲੋਕਾਂ ਦੀ ਇਹ ਮੰਗ ਆ ਕਿ ਦੇਸ਼ ਦਾ ਪ੍ਰਧਾਨ ਮੰਤਰੀ ਭੈਣ ਕੁਮਾਰੀ ਜਦੋਂ ਬਣੂਗੀ ਦੇਸ਼ ਦੇ ਵਿੱਚੋਂ ਗਰੀਬੀ ਭੁੱਖਮਰੀ ਲਾਚਾਰੀ ਇਹ ਸਾਰਾ ਕੁਛ ਖਤਮ ਕੀਤਾ ਜਾ ਸਕਦਾ। ਜਿਹੜੀਆਂ ਦੂਸਰੀਆਂ ਪਾਰਟੀਆਂ ਨੇ ਚਾਹੇ ਕਾਂਗਰਸ ਆ ਚਾਹੇ BJP ਆ ਜਿਨ੍ਹਾਂ ਨੇ 17 ਸਾਲਾਂ ਦੇ ਵਿੱਚ ਇੱਕ ਢੇਲੇ ਦਾ ਕੰਮ ਨਹੀਂ ਕੀਤਾ ਅਤੇ ਉਹ ਬਹੁਜਨ ਸਮਾਜ ਪਾਰਟੀ ਦੀ ਨੇਤਾ ਭੈਣ ਕੁਮਾਰੀ ਮਾਇਆਵਤੀ ਕੁਰਸੀ 'ਤੇ ਬੈਠ ਕੇ ਇਹ ਸਾਰੇ ਮਸਲੇ 60 ਦਿਨਾਂ ਦੇ ਵਿੱਚ ਹੀ ਹੱਲ ਕਰ ਦੇਣਗੇ। ਜੈ ਅੱਜ ਬਹੁਜਨ ਸਮਾਜ ਪਾਰਟੀ ਅਤੇ PDA ਦੇ 5 ਉਮੀਦਵਾਰ ਸ਼੍ਰੀ ਬਲਵਿੰਦਰ ਕੁਮਾਰ ਜੀ ਜੋ ਪਾਰਲੀਮੈਂਟ ਜਲੰਧਰ ਰਿਜ਼ਰਵ ਤੋਂ ਇਲੈਕਸ਼ਨ ਲੜ ਰਹੇ ਆ MP ਦੀ ਉਹਨਾਂ ਦੇ ਦਫ਼ਤਰ ਦਾ ਉਦਘਾਟਨ ਕਰਾਇਆ ਪਿੱਛੇ ਬੜੀ ਧੂਮਧਾਮ ਨਾਲ ਕੀਤਾ ਗਿਆ ਔਰ ਪੂਰੇ ਇਲਾਕੇ 'ਚੋਂ ਬਹੁਤ ਭਰਵਾਂ ਹੰਗਾਰਾ ਮਿਲਿਆ ਔਰ ਇਸ ਮੌਕੇ 'ਤੇ ਸਾਡੇ ਬਹੁਤ ਹੀ ਸਤਿਕਾਰਯੋਗ PDA ਦੇ ਆਗੂ ਸਾਹਿਬਾਨ ਅਤੇ ਵਰਕਰ ਸਾਹਿਬਾਨ ਪੂਰੇ ਇਲਾਕੇ 'ਚੋਂ ਪਹੁੰਚੇ ਆ ਅਤੇ ਇਹਨਾਂ ਦੇ ਵਿੱਚ ਬਹੁਤ ਉਤਸ਼ਾਹ ਪਾਇਆ ਗਿਆ। ਸੋ ਇਸ ਮੌਕੇ 'ਤੇ ਮੈਂ ਸਮੂਹ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਆਪਾਂ 19 ਤਰੀਕ ਨੂੰ ਪੰਜਾਬ ਦੇ ਹਿੱਤਾਂ ਦੀ ਰੱਖਿਆ ਦੇ ਲਈ, ਮੁਲਾਜ਼ਮਾਂ ਦੇ ਹਿੱਤਾਂ ਦੀ ਰੱਖਿਆ ਦੇ ਲਈ, ਮਜ਼ਦੂਰਾਂ ਦੇ ਹਿੱਤਾਂ ਦੀ ਰੱਖਿਆ ਦੇ ਲਈ, ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਦੇ ਲਈ ਅਤੇ ਪੰਜਾਬ ਔਰ ਦੇਸ਼ ਨੂੰ ਬਚਾਉਣ ਦੇ ਲਈ BJP ਔਰ ਕਾਂਗਰਸ ਨੂੰ ਭਾਰੀ ਹਾਰ ਦੇਣ ਦੇ ਲਈ ਜਿਨ੍ਹਾਂ ਨੇ ਦੇਸ਼ ਦਾ ਪਿਛਲੇ 70 ਸਾਲਾਂ ਤੋਂ ਦੋਨਾਂ ਪਾਰਟੀਆਂ ਨੇ ਜਿਹੜਾ ਸੱਤਾ ਵਿੱਚ ਰਹੀਆਂ ਔਰ ਬੜਾ ਵੱਡਾ ਨੁਕਸਾਨ ਕੀਤਾ, ਧਾਰਮਿਕ ਘੱਟਗਿਣਤੀਆਂ ਦਾ ਨੁਕਸਾਨ ਕੀਤਾ। ਇਸ ਦੇਸ਼ ਦੇ ਵਿੱਚ ਧਰਮ ਨਿਰਪੱਖਤਾ ਨੂੰ ਅੱਜ ਦੇ ਸਮੇਂ 'ਚ ਖਤਰਾ BJP RSS ਤੋਂ, ਇਸ ਨੂੰ ਬਚਾਉਣ ਦੇ ਲਈ ਅਸੀਂ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣਾ ਇੱਕ ਇੱਕ ਕੀਮਤੀ ਵੋਟ ਚੋਣ ਨਿਸ਼ਾਨ ਹਾਥੀ ਵਾਲਾ ਬਟਨ ਦਵਾ ਕੇ ਇਸ ਜਲੰਧਰ ਤੋਂ ਆਪਣੇ ਉਮੀਦਵਾਰਾਂ ਨੂੰ ਜਿਤਾਈ ਉਮੀਦਵਾਰ ਬਲਵਿੰਦਰ ਕੁਮਾਰ ਨੂੰ ਜਿਤਾਈਏ ਅਤੇ ਪੂਰੇ ਪੰਜਾਬ ਦੇ ਵਿੱਚ PDA ਦੇ ਉਮੀਦਵਾਰ ਜਿੱਥੇ ਵੀ ਖੜ੍ਹੇ ਆ ਉਹਨਾਂ ਨੂੰ ਆਪਣਾ ਇੱਕ ਇੱਕ ਕੀਮਤੀ ਵੋਟ ਉਹਨਾਂ ਦੇ ਚੋਣ ਨਿਸ਼ਾਨਾਂ PDA ਦੇ ਚੋਣ ਨਿਸ਼ਾਨਾਂ 'ਤੇ ਪਾ ਕੇ ਉਮੀਦਵਾਰਾਂ ਨੂੰ ਜਿਤਾ ਕੇ ਪੰਜਾਬ ਦੇ ਭਲੇ ਦੀ ਗੱਲ ਕਰੀਏ ਔਰ ਪੰਜਾਬ ਦੇ ਹਿੱਤਾਂ ਨੂੰ, ਪੰਜਾਬ ਦੀ ਜਵਾਨੀ ਨੂੰ, ਪੰਜਾਬ ਦੇ ਕਿਸਾਨਾਂ ਨੂੰ, ਪੰਜਾਬ ਦੇ ਮਜ਼ਦੂਰਾਂ ਨੂੰ ਬਚਾਉਣ ਦੇ ਵਿੱਚ ਆਪਣਾ ਯੋਗਦਾਨ ਪਾਈਏ। ਸਾਰਿਆਂ ਦਾ ਤਹਿ ਦਿਲੋਂ ਧੰਨਵਾਦ। ਜੈ ਭੀਮ, ਜੈ ਭਾਰਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।